ना जनाब साहब अजे तक आ नहीं रहे। जनाब साहब जाना नहीं गा। हाँ देखो जी आ गए थे जनाब साहब साढ़े। अधे रात फोन करके नहीं उठाना पे, आप सुता पे उठता नहीं सीगा। खैर टाइम नहीं, अलार्म नहीं लाया सी तू? ਉਹਨਾਂ ਲਾਰਾ ਵਜਾ ਤਾਂ ਤੇਰਾ ਫੋਨ ਵੱਜ ਗਿਆ। ਤੂੰ 15 ਮਿੰਟ ਦਾ ਕਿਹਾ ਸੀ, ਮੈਂ ਤੈਨੂੰ 18 ਮਿੰਟ 'ਤੇ ਕੀਤਾ। ਚਲੋ ਡੰਗ ਚੱਕ ਆ ਬਈ। ਹੈ ਵੇ ਰਾਤ ਦੇ ਖੁਦਾ ਦੇ ਕਿਸਮ 12:30 ਦਾ ਟਾਈਮ ਹੋਣਾ, ਪਾਣੀ ਲਾਉਣ ਆਏ ਜੇ ਅੱਗੋਂ ਕੋਈ ਟਕਣਾ ਚੋਰੀ ਕਰਕੇ ਲੈ ਗਿਆ ਨਿੱਕੇ ਤੋਂ। ਇੱਕ ਵੀ ਨਹੀਂ ਬਲਕਿ ਜੀ 3 ਟਕਣੇ, ਜੇ ਸਾਡੇ 3 ਟਕਣੇ ਅਹਿਮ ਮੇਨ ਆ, 3 ਦੇ 3 ਟਕਣੇ ਚੱਕ ਕੇ ਗਾਇਬ ਕਰ ਗਿਆ। ਹੱਦ ਨਹੀਂ ਹੋ ਗਈ ਯਾਰ ਲੋਕਾਂ ਦੀ। ਇੱਥੋਂ ਟਕਣਾ ਕੋਈ ਚੱਕ ਕੇ ਲੈ ਗਿਆ ਚੋਰੀ। ਹੋਏ ਹੁਣੇ ਟਕਣਾ ਕੋਈ ਚੋਰੀ ਚੱਕ ਕੇ ਲੈ ਗਏ, ਇੱਥੋਂ ਪਾਣੀ ਲਾਉਣ ਆਏ ਸੀਗੇ। ਇਹ ਸਾਨੂੰ ਨਵਾਂ ਇੱਥੇ ਸਮਝੋ ਸਾਨੂੰ ਖੇਲ ਹੋ ਗਿਆ। ਹੁਣ ਉੱਧਰੋਂ ਉੱਧਰ ਇੱਕ ਹੋਰ ਚੱਕ ਕੇ ਲੈ ਕੇ ਆਏ ਹਾਂ, ਅਤੇ ਉਹ ਇਹ ਅੱਗੋਂ ਕਾਫੀ ਇੱਥੇ ਦਰਮਿਆਨ 'ਚ ਜਿੱਥੇ ਲਾਈਟ ਪੈਂਦੀ, ਇੱਥੇ ਵੀ ਦੋ ਨੱਕੇ ਹੁੰਦੇ ਆ, ਇੱਥੇ ਵੀ ਦੋ ਨੱਕੇ। ਇੱਥੋਂ ਉਹ ਵਾਲੇ ਦੋ ਵੀ ਚੱਕੇ, ਅਤੇ ਇਹ ਵੀ ਚੱਕਿਆ ਸਮਝ, 3 ਚੱਕ ਕੇ ਲੈ ਗਿਆ ਇਹ। ਕੋਈ 3 ਟਕਣੇ ਬਿਲਕੁਲ ਚੱਕ ਕੇ ਲੈ ਗਿਆ। ਸੁਣਾ ਟਕਣਾ ਹੀ ਚੱਕ ਕੇ ਲੈ ਗਿਆ ਕੋਈ? ਟਕਣਾ ਚੋਰੀ ਹੋ ਗਿਆ ਯਾਰ, ਟਕਣਾ ਹੀ ਸਾਡਾ। ਟਕਣਾ ਕੋਈ ਚੱਕ ਕੇ ਲੈ ਗਿਆ? ਟਕਣ ਵਾਲਾ ਬੰਦਾ ਕਿਹੜਾ ਚੱਕ ਕੇ ਲੈ ਗਿਆ ਟਕਣ? ਕੋਈ ਨਹੀਂ ਪਤਾ। ਅੱਛਾ ਟਾਈਮ ਕੀ ਹੋ ਗਿਆ ਵੈਸੇ? ਟਾਈਮ ਦੇਖਿਆ? ਟਾਈਮ ਦੇਖਿਆ 12:30 ਹੋ ਗਏ ਆ। 1 ਵਜੇ ਪਾਣੀ ਮੋੜਨਾ ਵਾ ਸਾਨੂੰ, ਹੁਣ ਜਾਂਦੇ ਪਿੱਛੇ ਨੱਕੇ ਨੁੱਕੇ ਸੈੱਟ ਕਰਦੇ, ਸਾਨੂੰ ਕਾਫੀ ਟਾਈਮ ਲੱਗ ਜਾਣਾ। ਜਾਂਦੇ ਹੈ ਬਾਕੀ ਵੀਡੀਓ ਬਾਅਦ ਬਣਾਉਣ ਤਾਂ ਦੱਸਦੇ ਆ ਕੀ ਬਣਿਆ ਕੀ ਨਹੀਂ ਬਣਿਆ। ਛਾਪਰ ਲਾ ਕੇ ਨਾ ਕਰਦੇ ਚੰਗੇ ਤਰੀਕੇ ਨਾਲ ਬੰਦ। ਉੱਤੇ ਮਿੱਟੀ ਦਾ ਲੱਪਾ ਰੱਖ ਲਿਆ ਉੱਤੇ। ਹਾਂ ਹੋ ਗਿਆ ਕੰਮ। ਨੱਕਾ ਸਿਰ ਰੁੜਨ ਡਿਆ ਸੀ ਪਾਣੀ, ਇਸ ਕੇ ਬੰਦ ਕਰੀਏ ਇੱਥੋਂ। ਇਹ ਛਾਪਰ ਲਾ ਲਓ, ਇੱਥੇ ਬੰਦ ਕਰਨਾ ਪੈਂਦਾ, ਰੁੜ ਗਿਆ ਨਾ ਇੱਧਰ ਨੂੰ ਬਹੁਤ ਮੁਸ਼ਕਲ ਬੰਦ ਕਰਨਾ ਪੈ ਰਿਹਾ, ਕਿਉਂਕਿ ਇੱਧਰ ਕਾਫੀ ਨੀਵਾਂ ਵਾ ਇਹ ਵੀਗਾ। ਇਸ ਵਾਸਤੇ ਨਾ ਇਹਨੂੰ ਬੜੇ ਇਹਤਿਆਤ ਨਾਲ ਇੱਥੋਂ ਬੰਦ ਕਰਨਾ ਪੈਂਦਾ। ਆਵਾਜ਼ ਤਾਂ ਕੋਈ ਨਹੀਂ ਸੁਣਦਾ ਜਿਹਨਾਂ ਦਾ ਅੱਗੇ ਜਿਹਨਾਂ ਦਾ ਪਾਣੀ ਆ। ਤਕਰੀਬਨ 6 ਮਿੰਟ ਰਹਿੰਦੇ ਸੀਗੇ, ਦੇਖਿਆ ਸੀ ਟਾਈਮ, ਲੇਕਿਨ ਹੁਣ ਟਾਈਮ ਹੋ ਗਿਆ 1 ਵੱਜ ਗਿਆ। ਆਪਾਂ 3 ਵਾਰ ਦਾ ਮਾਲ ਨੇ, ਕਿਸੇ ਨੇ ਆਵਾਜ਼ ਨਹੀਂ ਸੁਣੀ। ਆਪਣਾ ਟਾਈਮ ਹੋ ਗਿਆ, ਹੁਣ ਆਪਾਂ ਬੰਦ ਆਪਦਾ ਪਾਣੀ ਅੱਗੇ ਨਾਲ ਆਪਦਾ ਲੈ ਚੱਲਦੇ ਹਾਂ। ਚੱਲ ਯਾਰ ਬੰਦ ਪਾਣੀ ਢੱਕਣ ਕੱਢ ਲਾ ਲਾ ਪੱਟ ਕੇ ਢੱਕਣ ਇੱਧਰ। ਉਲਟਾ ਉਲਟਾ ਲਾ, ਉਲਟਾ ਉਲਟਾ ਦੂਸਰੇ ਤਰੀਕੇ ਨਾਲ ਪਲਟਾ ਕੇ ਇੱਦਾਂ। ਥੱਲੇ ਕਿਨਾਰੀ 'ਤੇ ਚੱਕ ਕੇ ਰੱਖੀ ਉਹ ਕਿਨਾਰੀ 'ਤੇ। ਇਹ ਪੈਰ ਥੱਲੇ ਪਾਸੇ ਪੈਰ ਅੜਾ ਨਾ ਪੈਰ ਇੱਦਾਂ ਇੱਥੇ। ਇਹ ਬਸ ਇੱਦਾਂ ਲਾ ਤਾ ਉਹਨੂੰ ਜਾਣ ਦੇ ਥੱਲੇ ਸਸਤਾ। ਹਾਂ ਫਿਰ ਥੱਲੇ ਜ਼ਿਆਦਾ ਸਿੱਟ ਲਿਆ ਫਿੱਟ ਆ। ਚੱਲ ਠੀਕ ਹੈ, ਇਹਨੂੰ ਫਿਰ ਹੁਣ ਲਾ ਮਿੱਟੀ ਲਾ। ਦੱਸੋ ਪਾਣੀ ਤਾਂ ਮੋੜ ਲਿਆ, ਪਾਣੀ ਲਾ ਪਿਆ ਜਾਣ ਅੱਗੇ ਨੂੰ। ਹੁਣ ਮਿੱਟੀ ਸਿੱਟੀ ਲਾ ਕੇ ਇਹਨੂੰ ਬੰਦ ਕਰਦੇ ਹਾਂ। ਮਿੱਟੀ ਲਾ ਸੁਨਸਾਨ, ਡਰ ਤਾਂ ਨਹੀਂ ਲੱਗਦਾ? ਡਰਨਾ ਰੱਬ ਦੀ ਜ਼ਾਤ ਕੋਲੋਂ ਐਂ, ਬਾਕੀ ਗੱਲ ਸੀ ਡਰਨਾ ਰੱਬ ਦੀ ਜ਼ਾਤ ਕੋਲੋਂ ਹੀ ਚਾਹੀਦਾ। ਉੱਥੇ ਪੈਰ ਥੱਲੇ ਕੇ ਆ ਗਿਆ ਗਾਰਾ ਵਾ। ਤੁਸੀਂ ਘਰ ਆਏ ਹਾਂ, ਖਾਦ ਆ ਡਰੰਮ ਆ ਚੱਕੀ ਲੈ ਗਏ ਪਾਉਣੀ ਆ, ਫਿਰ ਦੇਖਦੇ ਹਾਂ ਕਿ ਸੁਰਤ ਹਲਕੀ ਬਣਦੀ ਆ। ਡਰੰਮ ਆ ਅਤੇ ਖਾਦ ਆ ਚੱਕ ਕੇ ਲੈ ਕੇ ਜਾਣੀ ਆ। ਓਏ ਦੱਸੋ ਖਾਦ ਵੀ ਆ ਗਈ ਆ, ਲੱਗਾ ਕਜ਼ਨ ਡਰੰਮ ਭਰਨ। ਫਿਰ ਖਾਦ ਦੀ ਬੋਰੀ ਖੋਲ੍ਹ ਕੇ ਇਹਨੂੰ ਪਾਉਂਦੇ ਇਹਦੇ ਵਿੱਚ। ਸਾਡੇ ਛੁਰੀ ਛੁਰੀ ਤਾਂ ਕੋਈ ਨਹੀਂ, ਕਈ ਨਾ ਕੱਟ ਕੇ ਇਹਨੂੰ ਖੋਲ੍ਹਦੇ, ਇਹਨੂੰ ਖੋਲ੍ਹੇ ਨਹੀਂ ਯਾਰ। ਕਮਾਦ ਉਹਨੂੰ ਖਾਦ ਪਾਉਣੀ ਆ, ਇੱਕ ਸਾਈਡ ਤੋਂ ਨਹੀਂ ਕੱਟਿਆ ਤੂੰ ਖੁੱਲ੍ਹਿਆ, ਇੱਕ ਸਾਈਡ ਤੋਂ ਕੱਟਿਆ ਤੈਨੂੰ ਖੁੱਲ੍ਹਿਆ ਨਹੀਂ ਗਾ। ਇਹਦੇ ਨਾਲ ਤੂੰ ਜਿਹੜੀ ਸਿਲਾਈ ਕੀਤੀ ਹੋਈ ਬੋਰੀ ਦੀ। ਓਏ ਤੂੰ ਮੇਰਾ ਬੋਰਾ ਕੱਟ ਦਿੱਤਾ ਇਹਨੇ, ਦੇਖੋ ਜਾ ਦੇਖੋ ਇਹਨੇ ਬੋਰਾ ਕੱਟਤਾ ਮੇਰਾ, ਨੁਕਸਾਨ ਕਰਤਾ ਇਹਨੇ, ਨੁਕਸਾਨ ਕਰਤਾ ਚੰਗਾ ਭਲਾ ਤੂੰ। ਇੰਨਾ ਬੋਰਾ ਮਹਿੰਗਾ, ਤੈਨੂੰ ਪਤਾ ਖਾਦ ਨਾਲੋਂ ਬੋਰਾ ਹੀ ਮਹਿੰਗਾ। ਯੂਰੀਆ ਚਲੋ ਚੱਕੋ, NP ਯੂਰੀਆ ਚਿੱਟੀ ਖਾਦ ਆ, ਚਿੱਟੀ ਚਿੱਟੀ ਖਾਦ ਆ ਜੀ, ਨਾ NPA ਨਾ ਯੂ, ਚਿੱਟੀ ਖਾਦ ਆ।
ਆਵਾਂ ਚੱਲ ਫਿਰ ਚੱਕ ਅੱਜ ਫਿਰ ਧਿਆਨ ਨਾਲ ਧਿਆਨ ਨਾਲ ਆ ਗਈ ਵਿੱਚ ਹੋਰ ਖੋਰ ਚੰਗੇ ਤਰੀਕੇ ਨਾਲ ਆਵਾਂ ਮੈਂ ਤਾਂ ਅੱਗੇ ਖੋਰਦਾ ਭਾਈ ਮੇਰਾ ਤਾਂ ਜੀ ਹੱਥ ਫੁੱਲ ਠੰਡਾ ਹੋ ਗਿਆ ਜਿੱਦਾਂ ਬਰਫ਼ ਨਹੀਂ ਹੁੰਦੀ ਬਰਫ਼ ਜੰਮ ਜਾਂਦਾ ਉਸ ਹਿਸਾਬ ਦਾ ਮੈਂ ਕਿਹਾ ਪਕੜ ਆਪੀ ਖੋਰ ਫੁੱਲ ਠੰਡਾ ਯੱਕ ਠੰਡਾ ਪਾਣੀ ਹੋਇਆ ਪਿਆ ਯਾਰ ਤੁਸੀਂ ਡਰੰਮ ਦੇ ਹਿਸਾਬ ਲਾ ਲਓ ਦੇਖ ਲਓ ਹੁਣ ਇਹਨੂੰ ਹੀ ਬਾਹਰੋਂ ਦੇਖ ਲਓ ਤੁਸੀਂ ਇੱਦਾਂ ਪਸੀਨੇ ਪਸੀਨੇ ਜਿਹੜੇ ਨਾ ਬਰਫ਼ ਵਾਲੇ ਕੋਲੇ ਹੁੰਦੇ ਆ ਕੋਈ ਚੀਜ਼ ਬਰਫ਼ ਪਾਈ ਤਾਂ ਬਾਹਰੋਂ ਪਸੀਨੇ ਪਸੀਨੇ ਆ ਦੇਖ ਲਓ ਇੰਨਾ ਯੱਕ ਠੰਡਾ ਹੋ ਗਿਆ ਬਰਫ਼ 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 ਵਾਲਾ ਠੰਡਾ ਪਾਣੀ ਆ ਬਾਜ਼ ਲਾ ਲਈਏ ਮੈਂ ਕਿਹਾ ਬਰਫ਼ ਵਾਲਾ ਠੰਡਾ ਪਾਣੀ